ਖੁਸ਼ੀ ਦੇ ਮੌਕੇ 'ਤੇ ਸ਼ੋਅ ਮੌਕੇ 'ਤੇ ਪੰਜਾਬ ਦੀ ਮਸ਼ਹੂਰ ਲੋਕ ਗਾਇਕ ਜੋੜੀ ਜਨਾਬ ਮੁਹੰਮਦ ਸਦੀਜ ਬੀਬੀ ਸੁਖਜੀਤ ਕੌਰ ਜੀ ਸਾਰੀ ਟੀਮ ਨਾਲ ਹਾਜ਼ਰ ਹੋ ਗਈ ਹੈ ਅਤੇ ਤੁਸੀਂ ਜਿੱਥੇ ਵੀ ਆਪਣੀਆਂ ਗੱਲਾਂ ਕਰਦੇ ਬਿਜ਼ਨਸ ਦੀਆਂ ਜਾਂ ਕਬੀਲਦਾਰੀ ਦੀਆਂ ਉਹਨੂੰ ਛੱਡ ਦਿਓ ਸਾਹਮਣੇ ਕੇ ਬੈਠ ਜਾਓ ਕਿਉਂਕਿ ਜੀਤ ਸਿੰਘ ਜੀ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਪ੍ਰੋਗਰਾਮ ਆਨੰਦ ਮਾਣ ਸਕੋ ਇੰਜੋਏ ਕਰ ਸਕੋ ਤੋ ਸ਼ੁਰੂਆਤ ਇੱਕ ਧਾਰਮਿਕ ਗੀਤ ਦੇ ਨਾਲ ਫਿਰ ਸਾਡੇ ਨਵੇਂ ਪੁਰਾਣੇ ਫਿਲਮਾਂ ਦੇ ਰੇਡੀਓ ਦੇ ਟੀਵੀ ਦੇ ਗੀਤ ਲੈ ਕੇ ਹਾਜ਼ਰ ਰਹਾਂਗੇ ਮੈਂ ਉਮੀਦ ਕਰਦਾ ਕਿ ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਪ੍ਰੋਗਰਾਮ ਨੂੰ ਯਾਦਗਾਰੀ ਪ੍ਰੋਗਰਾਮ ਬਣਾਓਗੇ ਸਭ ਤੋਂ ਪਹਿਲਾਂ ਸ਼ੁਰੂਆਤ ਧਾਰਮਿਕ ਗੀਤ ਦੇ ਨਾਲ ਧਾਰਮਿਕ ਗੀਤ ਬੀਬੀ ਸੁਖਜੀਤ ਕੌਰ ਜੀ ਸ਼ੁਰੂਆਤ ਇਸ ਪ੍ਰੋਗਰਾਮ ਦਾ ਆਗਾਜ਼
ਇੱਧਰ ਬਣੇ ਅੱਜ ਦੀ ਸੁਭਾਗ ਜੋੜੀ ਮੰਚ ਵੱਲ ਤਸ਼ਰੀਫ ਲੈ ਕੇ ਆ ਰਹੇ ਨੇ। ਆਪਾਂ ਸਾਰਿਆਂ ਨੇ ਉਹਨਾਂ ਦੇ ਸਵਾਗਤ ਵਿੱਚ ਜਿਹੜੇ ਇੱਥੇ ਪਹੁੰਚ ਜਾਣਗੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਨਾ, ਆਪਣੀ ਖੁਸ਼ੀ ਦਾ ਇਜ਼ਹਾਰ ਉਹਨਾਂ ਪ੍ਰਤੀ। ਖੂਬਸੂਰਤ ਬੈਂਡ ਦੇ ਨਾਲ ਅੱਜ ਦੀ ਵਿਆਹ ਵਾਲੀ ਜੋੜੀ
ਆਪਣੇ ਮੰਚ ਵੱਲ ਆ ਰਹੀ ਹੈ। ਆਪਾਂ ਸਾਰੇ ਅੱਜ ਕਾਕਾ ਅਮਰੀਕ ਸਿੰਘ ਢਿੱਲੋਂ ਦੀ ਵਿਆਹ ਦੀ ਖੁਸ਼ੀ ਵਿੱਚ ਇਕੱਠੇ ਹੋਏ ਹੈ। ਇਹ ਬੈਂਡ ਅਤੇ ਗੀਤ ਸੰਗੀਤ ਇਹ ਉਹਨਾਂ ਕਰਕੇ ਵੱਜ ਰਿਹਾ, ਉਹਨਾਂ ਕਰਕੇ ਇਹ ਜਸ਼ਨ ਅਤੇ ਮਹਿਫਲਾਂ ਅਤੇ ਪਾਰਟੀ ਚੱਲ ਰਹੀ ਹੈ। ਅੱਜ ਦੇ ਖਾਸ ਜਿੰਨਾ ਫਿਰ ਸਿਰ ਹੈ ਉਹਨਾਂ ਕਰਕੇ ਹੀ ਇਹ ਰੌਣਕਾਂ ਲੱਗੀਆਂ ਹੋਈਆਂ। ਬਹੁਤ ਹੀ ਖੂਬਸੂਰਤ ਢੰਗ ਨਾਲ ਵੀਡੀਓ ਫਿਲਮ ਸਟਿਲ ਫੋਟੋ ਹੋਰ ਬੈਂਡ ਬੜੇ ਅਦਬ ਸਤਿਕਾਰ ਦੇ ਨਾਲ ਅੱਜ ਦੀ ਸੁਭਾਗ ਜੋੜੀ ਨੂੰ ਲੈ ਕੇ ਆ ਰਹੇ ਨੇ। ਹਾਂਜੀ ਹਾਂਜੀ ਆ ਜਾਓ, ਰਸਤਾ ਛੱਡ ਦਿਓ ਵੀ, ਖਾਲੀ ਛੱਡ ਦਿਓ, ਰਾਹ ਬਣਾ ਦਿਓ ਉਹਨਾਂ ਦੇ ਆਉਣ ਲਈ। ਜੈ ਮਾਤਾ ਦੀ। ਅਰਜ਼ ਕੀਤੀ ਸੀ ਵੀ ਇਸ ਸ਼ੋਅ ਮੌਕੇ 'ਤੇ ਪੰਜਾਬ ਦੀ ਮਸ਼ਹੂਰ ਲੋਕ ਗਾਇਕ ਜੋੜੀ ਤੁਹਾਡੇ ਮਨੋਰੰਜਨ ਲਈ ਸਰਪੰਚ ਸਾਹਿਬ ਨੇ ਬੁਲਾਈ ਹੋਈ ਹੈ, ਅਤੇ ਦੁਕਾਨਿਆਂ ਦੇ ਨਾਲ ਤੁਹਾਡੇ ਚਹੇਤੇ ਕਲਾਕਾਰ ਐਵਰਗ੍ਰੀਨ ਸਦਾਬਹਾਰ ਗਾਇਕ ਜਨਾਬ ਮੁਹੰਮਦ ਸਵੀਜੀ ਬੀਬੀ ਸੁਖਜੀਤ ਕੌਰ ਜੀ। ਸ਼ੁਰੂਆਤ ਦੁਕਾਨਿਆਂ ਦੇ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਵੇ, ਉਹਦੀ ਸਵੱਲੀ ਨਜ਼ਰ ਹੋਵੇ, ਉਹਦਾ ਮਿਹਰ ਪ੍ਰਿਆਸ ਸਿਰ 'ਤੇ ਹੋਵੇ, ਫਿਰ ਇਹ ਖੁਸ਼ੀ ਦਾ ਮੌਕਾ, ਇਹ ਖੁਸ਼ੀ ਦਾ ਦਿਹਾੜਾ, ਇਹ ਖੁਸ਼ੀ ਦਾ ਸਮਾਂ ਯਾਰਾਂ ਦੋਸਤਾਂ ਮਿੱਤਰਾਂ ਬੇਲੀਆਂ ਸਕੇ ਸੰਬੰਧੀਆਂ ਨਾਲ ਮਨਾਉਣ ਦਾ ਮੌਕਾ ਮਿਲਦਾ। ਮੈਂ ਸਰਦਾਰ ਹਰਬੰਸ ਸਿੰਘ ਜੀ, ਢਿੱਲੋਂ ਸਾਹਿਬ, ਸਰਪੰਚ ਸਾਹਿਬ ਨੂੰ ਇਸ ਸ਼ੁਭ ਮੌਕੇ 'ਤੇ ਸਾਰੇ ਢਿੱਲੋਂ ਪਰਿਵਾਰ ਨੂੰ ਆਪਣੇ ਵੱਲੋਂ, ਬੀਬੀ ਸੁਖਜੀਤ ਜੀ ਵੱਲੋਂ, ਆਪਣੀ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈ ਪੇਸ਼ ਕਰਦਾ ਹਾਂ। ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਇਹ ਸ਼ੁਭ ਦਿਨ ਲਿਆਂਦਾ, ਔਰ ਮੈਂ ਦੇਖ ਰਿਹਾ ਇਲਾਕੇ ਦੀਆਂ ਬਹੁਤ ਹੀ ਮਸ਼ਹੂਰ ਹਸਤੀਆਂ ਪਤਵੰਤੇ ਸੱਜਣ ਬਰਾਦਰ ਜੀ ਤਸ਼ਰੀਫ ਲੈ ਕੇ ਆਏ ਹੋਏ ਨੇ। ਮੈਂ ਸਾਰਿਆਂ ਨੂੰ ਢਿੱਲੋਂ ਪਰਿਵਾਰ ਵੱਲੋਂ ਜੀ ਆਇਆਂ ਨੂੰ ਆਪ ਜੀ ਦਾ ਸਵਾਗਤ, ਬੜੀ ਮਿਹਰਬਾਨੀ ਤੁਸੀਂ ਬਹੁਤ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦਾ ਮਾਣ ਵਧਿਆ, ਗਾਉਣ ਵਾਲਿਆਂ ਦੀ ਹੌਸਲਾ ਅਫਜ਼ਾਈ ਹੋਈ ਹੈ, ਕਿਉਂਕਿ ਇਲਾਕੇ ਦੇ ਪਤਵੰਤੇ ਸੱਜਣ ਸਾਰੇ ਇੱਥੇ ਆਏ ਹੋਏ ਨੇ। ਲਓ ਤੁਸੀਂ ਧਾਰਮਿਕ ਗੀਤ ਸੁਣਿਆ, ਧਾਰਮਿਕ ਗੀਤ ਤੋਂ ਮਗਰੋਂ ਤੁਹਾਡੀ ਸੇਵਾ 'ਚ ਗੀਤ ਸੰਗੀਤ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਨੋਰੰਜਨ ਦਾ ਪ੍ਰੋਗਰਾਮ ਹੈ, ਤਾਂ ਮੈਂ ਅਤੇ ਬੀਬੀ ਸੁਖਜੀਤ ਜੀ
ਸਾਡੀ ਸੇਵਾ ਦੇ ਵਿੱਚ ਕੁਝ ਰਿਕਾਰਡਡ ਕੀ ਜਿਹੜੇ ਸਾਡੇ ਰਿਕਾਰਡ ਹੋਏ ਹੋਏ ਨੇ ਉੱਥੋਂ ਸ਼ੁਰੂ ਕਰਦੇ ਹਾਂ। ਦੇਖਾਂਗੇ ਵਿੱਚ ਅਗਰ ਮੌਕਾ ਮਿਲਿਆ ਕੋਈ ਨਵਾਂ ਗੀਤ ਵੀ ਗਾ ਦੇਵਾਂਗੇ, ਪਰ ਜੇ ਨਵੇਂ ਗੀਤਾਂ ਦੀ ਲੋੜ ਹੁੰਦੀ ਤਾਂ ਕਮ ਸੇ ਕਮ ਸਰਪੰਚ ਸਾਹਿਬ ਸਾਨੂੰ ਨਾ ਬੁਲਾਉਂਦੇ, ਹੈਂਜੀ। ਲੇਕਿਨ ਉਹਨਾਂ ਦੀ ਮਿਹਰਬਾਨੀ ਹੈ, ਜਦ ਵੀ ਗੁਰੂ ਮਹਾਰਾਜ ਨੇ ਉਹਨਾਂ ਦੇ ਘਰੇ ਜਦੋਂ ਵੀ ਕੋਈ ਖੁਸ਼ੀ ਦਾ ਟਾਈਮ ਲਿਆਂਦਾ ਉਹਨਾਂ ਨੇ ਸਾਨੂੰ ਜ਼ਰੂਰ ਯਾਦ ਕੀਤਾ, ਤੋ ਸਾਡੀ ਇਹ ਖੁਸ਼ਕਿਸਮਤੀ ਹੈ। ਲਓ ਪੇਸ਼ ਕਰਨ ਲੱਗਿਆ ਤੁਹਾਡੀ ਸੇਵਾ ਦੇ ਵਿੱਚ ਕਿਉਂਕਿ ਇਹ ਜਿਹੜੀ ਧਰਤੀ ਹੈ ਪੰਜਾਬ ਦੀ ਗੁਰੂਆਂ ਪੀਰਾਂ ਸੰਤਾਂ ਮਹਾਤਮਾ ਜੱਥੀਆਂ ਸਤੀਆਂ ਦੀ ਹੈ। ਲਓ ਇੱਕ ਜੱਥੀ ਤੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ, ਪੂਰਨ ਜੱਥੀ ਦੀ ਇੱਕ ਲੋਕ ਗਾਥਾ ਹੈ, ਤੁਹਾਡੇ ਦਾ ਗੀਤ ਪੇਸ਼ ਕਰਨ ਲੱਗੇ ਹਾਂ। ਪੂਰਨ ਪੂਰਨ ਜੱਥੀ ਉੱਠ ਕੇ ਪਹਿਰ ਦੇ ਤੜਕੇ ਰਾਣੀ ਸੁੰਦਰਾਂ ਦੇ ਰੰਗ ਮਹਿਲਾਂ 'ਚੋਂ ਗੁਰੂ ਗੋਰਖਨਾਥ ਦੇ ਟਿੱਲੇ ਦਾ ਰਾਹ ਫੜਦਾ ਹੈ। ਰਾਣੀ ਸੁੰਦਰਾਂ ਪੂਰਨ ਅੱਗੇ ਅਰਜੋਈਆਂ ਕਰਦੀ ਹੈ, ਜ਼ਰਾ ਗੌਰ ਨਾਲ ਸੁਣਨਾ ਹੈ। ਕਿਹੜੀ ਹੁੰਦੀ ਇਹ ਨਾ ਤਾਂ
ਤਾਂ ਸੁੰਦਰਾ ਜੋਗੀ ਉੜਦੇ ਬੱਦਲ ਦੀ ਤਾਂ ਸੁੰਦਰਾ ਕਿਹੜੀ ਹੁੰਦੀ ਏ ਤਾਵੇ ਰੰਗੀ ਤਾਂ ਸੁੰਦਰਾ ਜੋਗੀ ਉੜਦੇ ਬੱਦਲ ਦੀ ਤਾਂ ਸੁੰਦਰਾ ਹੋਰ ਬਹੁਤ ਸਾਰੇ ਪਤਵੰਤ ਦੇ ਸੱਜਣ ਮੈਂ ਮਾਫ਼ੀ ਚਾਹੁੰਦਾ ਬਹੁਤ ਸਾਰਿਆਂ ਦੇ ਮੈਂ ਨਾਂ ਨਹੀਂ ਜਾਣਦਾ ਤਸ਼ਰੀਫ ਲੈ ਕੇ ਆਏ ਨੇ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਤਾਂ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਜਿਹਨਾਂ ਦੇ ਬੱਚੇ ਦਾ ਵਿਆਹ ਹੈ ਇਲਾਕੇ ਦੇ ਵਿੱਚ ਮੰਨੀ ਪ੍ਰਮੰਨੀ ਸ਼ਖਸੀਅਤ ਨੇ ਅਤੇ ਉਹਨਾਂ ਦਾ ਓਨਾ ਹੀ ਪਿਆਰ ਹੈ ਜੋ ਉਮੜ ਕੇ ਆਇਆ ਹੋਇਆ ਇਲਾਕੇ ਦੇ ਸਾਰੇ ਪਤਵੰਤ ਦੇ ਸੱਜਣ ਤਸ਼ਰੀਫ ਲਿਆਏ ਹੋਏ ਨੇ ਜੀ ਆਇਆਂ ਨੂੰ ਢਿੱਲੋਂ ਪਰਿਵਾਰ ਵੱਲੋਂ ਕਲਾਕਾਰਾਂ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਪਖੇਰੂ ਉੱਡੇ ਜਾਣਦੇ ਅਸੀਂ ਉੱਡਣੇ ਪਖੇਰੂ ਉੱਡੇ ਜਾਣਦੇ ਬੜਾ ਆਕਾਸ਼ ਵਿੱਚ ਪਾਣਦੇ ਅਸੀਂ ਉੱਡਣੇ ਪਖੇਰੂ ਉੱਡੇ ਜਾਣਦੇ ਸਾਨੂੰ ਉਮਰਾ ਆਕਾਸ਼ ਵਿੱਚ ਪਾਣਦੇ ਅੱਖੇ ਲੱਗ ਜਾ ਅਸਾਨੂੰ ਚੁਗ ਖਾਣਦੇ 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 ਤੇ ਰੱਬ ਨੇ ਖਿਲਾਰੀ ਸਾਡੀ ਚੋਗ ਰਾਣੀ ਇਹਦੇ ਤੁਰ ਦਰਗਾਹ ਵੀ ਸੰਯੋਗ ਰਾਣੀ ਜਿੱਥੇ ਰੱਬ ਨੇ ਖਿਲਾਰੀ ਸਾਡੀ ਚੋਗ ਰਾਣੀ ਇਹਦੇ ਤੁਰ ਦਰਗਾਹ ਵੀ ਸੰਯੋਗ ਰਾਣੀ ਹੱਥ ਵਿੱਚ ਕਾਸਾ ਸਾਡਾ ਜੰਗਲਾ ਉਜਾੜਾ ਵਿੱਚ ਵਾਸਾ ਮੇਰੀ ਟੂਏ ਤੇ ਹੱਥ ਵਿੱਚ ਕਾਸਾ ਸਾਡਾ ਜੰਗਲਾ ਉਜਾੜਾ ਵਿੱਚ ਵਾਸਾ ਅਸੀਂ ਜੋਗੀਆਂ ਦਾ ਕੀ ਪਰਵਾਸਾ ਨੀ ਦੱਸ ਜੋਗੀਆਂ ਦਾ ਕੀ ਪਰਵਾਸਾ ਦੱਸ ਜੋਗੀਆਂ ਦਾ ਕੀ ਪਰਵਾਸਾ ਦੱਸ ਜੋਗੀਆਂ ਦਾ ਕੀ ਪਰਵਾਸਾ ਜਦੋਂ ਸਾਹਾਂ ਦਾ ਸਰੀਰ ਸੁਜਨਾ ਉੜ ਜਾਏ ਕਦੋਂ ਰਾਣੀਏ ਵਜੂਦ ਵਿੱਚੋਂ ਔਰ ਉੜ ਜਾਏ ਕਦੋਂ ਸਾਹਾਂ ਦਾ ਸਰੀਰ ਸੁਜਨਾ ਉੜ ਜਾਏ ਕਦੋਂ ਰਾਣੀਏ ਵਜੂਦ ਵਿੱਚੋਂ ਔਰ ਉੜ ਜਾਏ ਸਾਡੇ
ਸੰਗਦਾ ਸੰਗਾਉਂਦਾ ਰਹਿੰਦਾ ਹੋਰ ਦਾ ਕੀ ਵੇਖੀ ਹੋਰ ਦਾ ਕੀ ਵੇਖੀ ਨਾ ਨਾ ਪਤਾ ਸੇ
ਤੇ ਕਿਵੇਂ ਬੋਲਦਾ ਨੀ ਵੇਖੀ ਬੁਰਾ ਨਾਮ ਦੱਸੇ ਕਿਵੇਂ ਬੋਲਦਾ ਰੱਬ ਨੇ ਸਦਾ ਭਾਬੀ ਵਾਸਤੇ ਦਿਓਰ ਤੇਜੀ ਰੱਬ ਨੇ ਸਦਾ ਦਿਓਰ ਭਾਬੀਆਂ ਦਾ ਕਹਿਣਾ ਨੀ ਹੰਡਾਉਣ ਦੇ ਨਿਰਾਸ ਦਿਓਰ ਭਾਬੀਆਂ ਦਾ ਕਹਿਣਾ ਨੀ ਹੰਡਾਉਣ ਦੇ ਨਿਰਾਸ ਭਾਬੀ ਵਾਸਤੇ ਦਿਓਰ ਤੇਜੀ ਰੱਬ ਨੇ ਸਦਾ ਭਾਬੀ ਵਾਸਤੇ ਦਿਓਰ ਤੇਜੀ ਰੱਬ ਨੇ ਸਦਾ ਦਿਓਰ ਭਾਬੀਆਂ ਦਾ ਕਹਿਣਾ ਨੀ ਹੰਡਾਉਣ ਦੇ ਨਿਰਾਸ ਦਿਓਰ ਭਾਬੀਆਂ ਦਾ ਕਹਿਣਾ ਨੀ ਹੰਡਾਉਣ ਦੇ ਨਿਰਾਸ ਤੇਰੇ ਬਿਨਾਂ ਨਾ ਤੇਰੇ ਬਿਨਾਂ ਨਾ ਸਦੀਕ ਕਿਸੇ ਹੋਰ ਦਾ ਨਹੀਂ ਬੁਲਾਨਾ ਪਤਾ ਤੇ ਕਿਵੇਂ ਹੋਰ ਦਾ ਨਹੀਂ ਉੱਡ ਜਾਣ ਬਾਹਰ ਜੇ ਨਾ ਹੋਵਣ ਮਾਲੀ ਪੱਗ ਤੋਂ ਉੱਡ ਜਾਣ ਬਾਹਰ ਜੇ ਨਾ ਹੋਵਣ ਮਾਲੀ ਚਿਕੈ ਰੋਗ ਮਿੱਤਰਾਂ ਖਾਲੀ ਚਿਕੈ ਰੋਗ ਮਿੱਤਰਾਂ ਉੱਥੇ ਜਾਊਗਾ ਕਚਹਿਰੀਆਂ ਖਾਲੀ ਚਿਕੈ ਰੋਗ ਮਿੱਤਰਾਂ ਕਰ ਦੇ।
ਸਾਰੇ ਥੜੇ ਕੇ ਤੈਨੂੰ ਕਿਹੜੀਆਂ ਗੱਲਾਂ ਦੇ ਥੜੇ ਕੇ ਥੜੇ ਕੇ ਤੈਨੂੰ ਕਿਹੜੀਆਂ ਗੱਲਾਂ ਦੇ ਥੜੇ ਕੇ ਅਸੀਂ ਰੱਖਣੇ ਸ਼ਰੀਕ ਸਾਰੇ ਥੜੇ ਕੇ ਇੱਕ ਜੀ ਦੇ ਇੱਕ ਵਾਰੀ ਜੀ ਦੇ ਉੱਤੇ ਹੱਥ ਫੇਰ ਜੂਨੀ ਫੇਰ ਅੱਖ ਚ ਪਾਇਆ ਨਾ ਰੜ ਕੇ ਇੱਕ ਵਾਰੀ ਜੀ ਦੇ ਉੱਤੇ ਹੱਥ ਫੇਰ ਜੂਨੀ ਫੇਰ ਅੱਖ ਚ ਪਾਇਆ ਨਾ ਰੜ ਕੇ ਯਾਰ ਨੂੰ ਛੋੜਾ ਲੁੱਟ ਨਾ ਲਵੇ ਤੇ ਸੁਰਖ ਫੁੱਲਾਂ ਦੀ ਬਾਲੀ ਛੋੜਾ ਰੁੱਪ ਨਾ ਲਵੇ ਤੇ ਸੁਰਖ ਫੁੱਲਾਂ ਦੀ ਸਰਦਾਰ ਸੁਖਦੇਵ ਸਿੰਘ ਜੀ ਕੁੱਪ ਕਲਾਂ ਤੋਂ 100 ਰੁਪਇਆ ਉਹਨਾਂ ਵੱਲੋਂ ਲੜਕੀ ਦੇ ਮਾਮਾ ਜੀ ਸਰਦਾਰ ਰੋਜ਼ਾ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ 100 ਰੁਪਇਆ ਲੜਕੀ ਦੇ ਪਿਤਾ ਜੀ ਸਰਦਾਰ ਜਿਉਂ ਸਿੰਘ ਜੀ ਚੜ੍ਹ ਸਾਹਿਬ ਉਹਨਾਂ ਵੱਲੋਂ 100 ਰੁਪਇਆ ਜਥੇਦਾਰ ਸਰਦਾਰ ਹਰਵਿੰਦਰ ਸਿੰਘ ਜੀ ਪੋਤਨਾ ਉਹਨਾਂ ਵੱਲੋਂ 100 ਰੁਪਇਆ ਸਰਦਾਰ ਹਰਬੰਸ ਸਿੰਘ ਜੀ ਢਿੱਲੋਂ ਸਾਹਿਬ ਸਰਪੰਚ ਸਾਹਿਬ ਕਾਕਾ ਜੀ ਦੇ ਡੈਡੀ ਜੀ ਉਹਨਾਂ ਵੱਲੋਂ 500 ਰੁਪਇਆ ਇਨਾਮ ਮਕੈਨੀਕਲ ਇੰਜੀਨੀਅਰ ਵਰਕਸ ਪੱਪੂ ਗੁਰਦਾਸਪੁਰ ਤੋਂ 100 ਰੁਪਇਆ ਉਹਨਾਂ ਵੱਲੋਂ ਸਰਦਾਰ ਮੱਖਣ ਸਿੰਘ ਜੀ ਵਿਰਕ ਸਾਹਿਬ ਸਾਹਮਣੇ ਬੈਠੇ ਨੇ ਉਹਨਾਂ ਵੱਲੋਂ 100 ਰੁਪਇਆ ਅਸੀਂ ਵੈਲੀਆਂ ਨੇ ਵੈਲ ਕਮਾਉਣੇ ਫਰਮਾਇਸ਼ ਇਹਨਾਂ ਦੀ ਜੀ ਸਰਦਾਰ ਤੇਜਾ ਸਿੰਘ ਜੀ ਪੱਖੋ ਪੰਜਾਬ ਬੱਸ ਵਾਲੇ 100 ਰੁਪਇਆ ਉਹਨਾਂ ਵੱਲੋਂ ਭੋਲਾ ਸਿੰਘ ਜੀ ਵਿਰਕ ਸਾਹਿਬ ਇਸ ਮਹਿਫਲ ਸ਼ਾਨ ਬਣੇ ਹੋਏ ਨੇ ਉਹਨਾਂ ਵੱਲੋਂ 100 ਰੁਪਇਆ ਮੰਦਰ ਸਿੰਘ ਜੀ ਲੋਪੋ ਸਾਹਮਣੇ ਬੈਠੇ ਹੈ ਉਹਨਾਂ ਵੱਲੋਂ 100 ਰੁਪਇਆ ਕਰਤਾਰ ਰਜੋਸ
ਪਰ ਇਸ 100 ਰੁਪਇਆ ਉਹਨਾਂ ਵੱਲੋਂ ਆਇਆ। ਧੰਨਵਾਦ ਕਰਤਾਰ ਰੋਡ ਪੈਲਸ ਵਾਲੇ ਉਹਨਾਂ ਵੱਲੋਂ 100 ਰੁਪਇਆ ਆਇਆ ਬਰਨਾਲਾ। ਧੰਨਵਾਦ। ਇਹਦੇ ਨਾਲ ਹੀ ਫਿਰ ਤੁਹਾਡੀ ਸੇਵਾ 'ਚ ਦੁਕਾਨੇ ਲੈ ਕੇ ਹਾਜ਼ਰ ਨੇ ਜਨਾਬ ਮੁਹੰਮਦ ਸਿੰਘ ਬੀਬੀ ਸੁਖਜੀਤ ਕੌਰ ਜੀ। ਅੱਜ ਲਈ ਇਸ ਮਹਿਫਿਲ ਦੀ ਸ਼ਾਨ ਅਤੇ ਇਸ ਬਰਾਤ ਦੇ ਵਿੱਚ ਜਿਹੜੇ ਪਤਵੰਤ ਸੱਜਣ ਪੁੱਜੇ ਹੋਏ ਨੇ, ਮੈਂ ਪਹਿਲਾਂ ਦੱਸਿਆ ਸੀ ਬਈ ਚੂੰਕਿ ਸਰਦਾਰ ਹਰਬੰਸ ਸਿੰਘ ਜੀ, ਸਰਪੰਚ ਸਾਹਿਬ, ਟਿੱਲੋ ਸਾਹਿਬ, ਇਹਨਾਂ ਦਾ ਆਪਣਾ ਪਿਆਰ ਹੈ ਜੋ ਖੁਸ਼ਬੂ ਦੀ ਤਰ੍ਹਾਂ ਫੈਲਿਆ ਹੋਇਆ, ਔਰ ਉਹਦੀ ਵਜ੍ਹਾ ਦੇ ਨਾਲ ਸਾਰੇ ਯਾਰ ਦੋਸਤ ਮਿੱਤਰ ਮੇਰੀ ਸਾਰੇ ਖਿੱਚੇ ਆਏ ਨੇ। ਸਰਦਾਰ ਭੋਲਾ ਸਿੰਘ ਜੀ ਵਿਰਕ, ਜਨਰਲ ਕੌਂਸਲ ਅਕਾਲੀ ਦਲ ਬਾਦਲ ਤਸ਼ਰੀਫ ਲਿਆ ਹੋਏ ਨੇ। ਸਰਦਾਰ ਸਾਧੂ ਸਿੰਘ ਜੀ ਗਰੇਵਾਲ ਸਾਹਿਬ ਟੈਂਟ ਹਾਊਸ, ਸਰਦਾਰ ਪਰਮਿੰਦਰ ਸਿੰਘ ਜੀ SHO ਸਾਹਿਬ ਤਬਾਹ, ਸਰਦਾਰ ਚਰਨਜੀਤ ਸਿੰਘ ਜੀ ਹਿੰਦ ਮੋਟਰਸ ਵਾਲੇ, ਸਰਦਾਰ ਮੁਖਤਿਆਰ ਸਿੰਘ ਜੀ ਗਿਲ ਟਰੈਕਟਰਸ ਵਾਲੇ ਖੇਤੀਬਾੜੀ ਅਫਸਰ, ਸਰਦਾਰ ਤੇਜਾ ਸਿੰਘ ਜੀ ਪੰਜਾਬ ਬੱਸ ਸਰਵਿਸ ਵਾਲੇ, ਸਰਦਾਰ ਕੁਲਦੀਪ ਸਿੰਘ ਜੀ ਢਿੱਲੋਂ ਬੱਸ ਵਾਲੇ, ਸਰਦਾਰ ਸੁਰਿੰਦਰ ਸਿੰਘ ਜੀ ਆਲੂ ਵਾਲੀਆਂ ਬੱਸ ਵਾਲੇ, ਸਰਦਾਰ ਬਲਦੇਵ ਸਿੰਘ ਜੀ ਆਲੂ ਵਾਲੀਆਂ ਬੱਸ ਵਾਲੇ, ਸਰਦਾਰ ਬਹਾਦਰ ਸਰਦਾਰ ਮੱਖਣ ਸਿੰਘ ਜੀ ਪ੍ਰੇਮ ਬੱਸ ਵਾਲੇ, ਸਰਦਾਰ ਜਸਮੇਰ ਸਿੰਘ ਜੀ GR ਬੱਸ ਵਾਲੇ, ਸਰਦਾਰ ਬਲਬੀਰ ਸਿੰਘ ਜੀ ਜਾਗਰ ਸਾਹਿਬ, ਸਰਦਾਰ ਗੁਰਮੇਲ ਸਿੰਘ ਜੀ ਗੋਸਰ ਸਾਹਿਬ, ਸਰਦਾਰ ਪਾਲ ਸਿੰਘ ਜੀ ਪ੍ਰੇਮ ਬੱਸ ਵਾਲੇ, ਇਹ ਸਾਰੀਆਂ ਸ਼ਖਸੀਅਤਾਂ ਇੱਥੇ ਤਸ਼ਰੀਫ ਫਰਮਾਉਣੇ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸਰਦਾਰ ਭੋਲਾ ਸਿੰਘ ਜੀ ਵਿਰਕ, ਜੋ ਕਿ ਮੇਰੇ ਬਹੁਤ ਹੀ ਪਿਆਰੇ ਮਿੱਤਰ ਨੇ, ਉਹਨਾਂ ਵੱਲੋਂ ਸਾਡਾ ਮਾਣ ਕੀਤਾ ਗਿਆ, ਮੈਂ ਉਹਨਾਂ ਦੇ ਮਾਣ 'ਚ ਵਾਧਾ ਕਰੇ। ਲਓ ਅਗਲਾ ਗੀਤ ਪੇਸ਼ ਕਰਨ ਲੱਗੇ ਹਾਂ, ਸੁਣਨੇ ਦਾ ਗੌਰ ਲਾ। ਸਾਉਣ ਦਾ ਮਹੀਨਾ, ਕੁੜੀਆਂ ਚਿੜੀਆਂ ਦੇ ਤਿਉਹਾਰਾਂ ਦਾ ਮਹੀਨਾ ਹੁੰਦਾ, ਵਿਆਹੀਆਂ ਵਾਲੀਆਂ ਬੀਬੀਆਂ ਵੀ ਸਾਰਿਆਂ ਤੋਂ ਪੇਕਿਆਂ ਨੂੰ ਆ ਜਾਂਦੀਆਂ ਨੇ, ਵਿਛੜੀਆਂ ਸਹੇਲੀਆਂ ਨੂੰ ਮਿਲਣ ਵਾਸਤੇ, ਤੀਆਂ ਦਾ ਤਿਉਹਾਰ ਦੇਖਣ ਵਾਸਤੇ, ਇੱਕ ਗੱਭਰੂ ਸਾਉਣ ਦੇ ਮਹੀਨੇ ਸਾਹੁਰੀ ਨਾ ਫੜਿਆ, ਕਾਹਦੇ ਵਾਸਤੇ? ਘਰ ਵਾਲੀ ਨੂੰ ਲਿਆਉਣ ਵਾਸਤੇ। ਉਹਨੂੰ ਵੇਖ ਕੇ ਗੁੱਸੇ ਜਾ ਕੇ ਕਹਿੰਦੀ, ਤੈਨੂੰ ਅਕਲੋ ਕਲ ਹੈ ਨਹੀਂ, ਅਗਵਾ ਦਾ ਹੈਗੀ ਹੈ, ਉਹਦੀ ਕਿੱਥੇ ਹੈ, ਮੈਨੂੰ ਤਾਂ ਦਿਖਦੀ ਕਿਤੇ ਨਹੀਂ, ਤੈਨੂੰ ਰਸਮੋਂ ਰਿਵਾਜ਼ ਦਾ ਪਤਾ ਨਹੀਂ, ਤੈਨੂੰ ਨਹੀਂ ਪਤਾ ਵੀ ਮਾਪੇ ਧੀਆਂ ਨੂੰ ਸਾਉਣ ਦੇ ਮਹੀਨੇ ਤੋਰਦੇ ਵੀ ਹੁੰਦੇ, ਤੂੰ ਕਿਵੇਂ ਮੂੰਹ ਚੱਕ ਕੇ ਆ ਗਿਆ? ਸੀਗਾ ਵਿਚਾਰਾ ਮੇਰੇ ਵਰਗਾ ਸਿੱਧਾ ਸਾਦਾ, ਘਰਵਾਲੀ ਦੀ ਗੱਲ ਸੁਣ ਕੇ ਸੱਚੀ ਮੁੱਚੀ ਘਬਰਾ ਗਿਆ, ਅੰਦਰ ਵੜ ਕੇ ਘਰਵਾਲੀ ਨੂੰ ਕਹਿੰਦਾ, ਭਲੀਏ ਲੋਕੇ, ਭਲੀਏ ਲੋਕੇ, ਉਹ ਭਲੀਏ ਲੋਕੇ, ਭਲੀਏ ਲੋਕੇ, ਭਲੀਏ ਲੋਕੇ, ਜੇ ਮੈਂ ਗਲਤੀ ਨਾਲ ਆ ਹੀ ਗਿਆ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ, ਹੁਣ ਚੱਕੀ ਚੱਲ ਤੜਕੇ ਚਾਹੇ ਮੂੰਹ ਨੇ ਮੁੜੇ ਆਈ। ਉਹ ਕਹਿੰਦੇ, ਕਿਉਂ? ਮੇਰਾ ਚੱਕੀ ਦੇ ਬੁੜਾ ਜਿਹੜੇ ਹੱਥ ਆਇਆ ਹੋਇਆ, ਹੁਣ ਜਾਵਾਂ ਸਵੇਰੇ ਮੁੜ ਕੇ ਆਵਾਂ, ਮੈਂ ਤਾਂ ਵੱਲੋਂ ਪਿੱਛੇ ਆਊਂਗੀ। ਉਹ ਜਾਣ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ, ਗੱਭਰੂ ਨੂੰ ਜਾਣ ਵਾਸਤੇ ਬਹਾਨੇ ਕੱਢਦਾ, ਕਦੇ ਕਹਿੰਦਾ ਬੁੜੀ ਕੋਠੇ ਤੋਂ ਡਿੱਗ ਪਿਆ ਚੂਹਾ ਨਿਕਲ ਗਿਆ, ਕਦੇ ਕਹਿੰਦਾ ਬੁੜੀ ਨੇ ਮੱਝ ਨੂੰ ਮਾਰਿਆ, ਮੱਝ ਮੰਜੇ 'ਤੇ ਪਈ ਜਾਂਦਾ, ਮੱਝ ਨਹੀਂ ਬੁੜੀ ਪਈ ਆ, ਮੈਂ ਕਹਿੰਦਾ ਮੱਝ ਪਈ ਆ, ਬੁੜੀ ਪਈ ਆ, ਬੁੜੀ ਹੋ ਗਈ, ਕੀ ਹੋ ਗਿਆ? ਮਾਫ਼ ਕਰਨਾ, ਸਵੇਰੇ ਕਿਵੇਂ 'ਚ ਨਾਸ਼ਤਾ ਖਾ ਗਿਆ ਸੀ, ਇਸ ਕਰਕੇ ਜ਼ੁਬਾਨ ਤਿਲਕੀ ਜਾਂਦੀ ਹੈ। ਉਹ ਜਾਣ ਤੋਂ ਨਾ ਕਰਦੀ ਹੈ, ਗੱਭਰੂ ਨੂੰ ਜਾਣ ਵਾਸਤੇ ਬਹਾਨੇ ਕੱਢਦਾ, ਉਹ ਕੀ ਕਹਿੰਦੀ ਹੈ, ਉਹ ਕੀ ਕਹਿੰਦਾ? ਗੀਤ ਪੇਸ਼ ਕਰਨ ਲੱਗੇ ਆ
ਜਿੱਥੇ ਚੱਲਣਾ ਚਪੈਣੀ ਸੌਂਦਾ ਮਹੀਨਾ ਸੌਂਦਾ ਮਹੀਨਾ ਜਿੱਥੇ ਚੱਲਣਾ ਚਪੈਣੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਤੈਨੂੰ ਲੈਣੀ ਖਿੱਚ ਲੈ ਤਿਆਰੀ ਮਿਲੋ ਆਇਆ ਤੈਨੂੰ ਲੈਣੀ ਖਿੱਚ ਲੈ ਤਿਆਰੀ ਹੋਰ ਪੈ ਗਿਆ ਬੜੀ ਔਖੀ ਬੜੀ ਔਖੀ ਉੱਤੋਂ ਪੰਗਾ ਹੋਰ ਪੈ ਗਿਆ ਟਾਣ ਚੱਕ ਬੱਲੀਏ ਦੁਬਾਰਾ ਕਰ ਲੈ ਗਿਆ ਟਾਣ ਚੱਕ ਬੱਲੀਏ ਦੁਬਾਰਾ ਕਰ ਲੈ ਗਿਆ ਬਾਰਿਸ਼ਾਂ ਦੇ ਦੋ ਨਾਲ ਬਾਰਿਸ਼ਾਂ ਦੇ ਦੋ ਨਾਲ ਟੁੱਟ ਗਈ ਲਟੈਣ ਦੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਦੇਖਣਾ ਵਿਛੋੜੀ ਚੰਨਾ ਤੂੰ ਕਿਤੇ ਹਾਰ ਗਈ ਦੇਖਣਾ ਵਿਛੋੜੀ ਚੰਨਾ ਤੂੰ ਕਿਤੇ ਹਾਰ ਗਈ ਇਹੋ ਹੀ ਕਰਤੀ ਹੁੰਦੀ ਹਾਰ ਕੇ ਸ਼ਿਕਾਰ ਗਈ ਇਹੋ ਹੀ ਕਰਤੀ ਹੁੰਦੀ ਹਾਰ ਕੇ ਸ਼ਿਕਾਰ ਗਈ ਦੇਖਣਾ ਵਿਛੋੜੀ ਚੰਨਾ ਤੂੰ ਕਿਤੇ ਹਾਰ ਗਈ ਤੇਰਾ ਮਾਈ ਛੱਡ ਝਾਕ ਗਿੱਧੇ ਪਾਣ ਦੀ ਕਹਿੰਦਾ ਤੇਰਾ ਮਾਈ ਕਹਿੰਦਾ ਤੇਰਾ ਮਾਈ ਤੇਰਾ ਮਾਈ ਛੱਡ ਝਾਕ ਗਿੱਧੇ ਪਾਣ ਦੀ ਬਾਪੂ ਨੇ ਹਦਾਇਤ ਕੀਤੀ ਖੇਤੀ ਮੁੜ ਆਉਣ ਦੀ ਹਦਾਇਤ ਕੀਤੀ
ਪਿੱਛੇ ਦੀ ਮੁੜ ਆਣਾ ਕੱਲ ਪੁੱਤ ਤੁਰ ਕੱਲ ਪੁੱਤ ਤੁਰ ਐਵੇਂ ਬਣ ਨੱਚ ਬੈਣੀ ਕਿਤਲੇ ਤਿਆਰੀ ਕਿਤਲੇ ਤਿਆਰੀ ਕਿਤਲੇ ਤਿਆਰੀ ਬਿੱਲੋ ਆ ਮੈਨੂੰ ਲੈਣੀ ਕਿਤਲੇ ਤਿਆਰੀ ਚੱਲਿਆ ਕਿਉਂਕਿ ਪੈਦਲ ਹੀ ਜਾਂਦੇ ਹੁੰਦੇ ਸੀਗੇ ਵਿਚਾਰੇ ਨੂੰ ਪੈਦਲ ਹੀ ਡੰਡੀ ਡੰਡੀ ਦੌੜ ਕੇ ਲਿਆਉਂਦਾ ਸੀ ਫਿਰ ਤੁਰ ਚੱਲਿਆ ਸੁਣਨ ਦਾ ਗਾਉਣਾ ਆਪਣੇ ਸਿਰ 'ਤੇ ਟਰੰਕ ਚੱਕਿਆ ਹੋਇਆ ਘਰਵਾਲੀ ਦੇ ਕੱਛੇ ਕੋਟਲੀ ਦਿੱਤੀ ਹੋਈ ਹੈ ਆਪ ਛੇਤੀ ਛੇਤੀ ਤੁਰਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰ ਪਹੁੰਚ ਜਾਈਏ ਤਾਂ ਵਧੀਆ ਗੱਲ ਹੈ ਜੇ ਰਸਤੇ 'ਚ ਹਨੇਰਾ ਹੋ ਗਿਆ ਕੋਈ ਚੋਰ ਅਚੱਕਾ ਟੱਕਰ ਗਿਆ ਆ ਜਿਹੜਾ ਮਾੜਾ ਮੋਟਾ ਟੂਣ ਟੱਲਾ ਪਾਇਆ ਹੋਇਆ ਨਾਲੇ ਤਾਂ ਇਹ ਰਹਾਲੂਗਾ ਨਾਲੇ ਮੁਫਤੋ ਮੁਫਤੀ ਮੌੜ ਸੇਕ ਜੂਗਾ ਨੇੜੇ ਹੋ ਕੇ ਨੀ ਤੁਰਦੀ ਅੱਧਾ ਫਰਲਾਂਗ ਪਿੱਛੇ ਤੁਰੀ ਜਾਂਦੀ ਹੈ ਨੇੜੇ ਹੋ ਕੇ ਤਾਂ ਨੀ ਤੁਰਦੀ ਸ਼ਰਮਾਉਂਦੀ ਹੈ ਘਬਰਾਉਂਦੀ ਹੈ ਹਾਲੀਆਂ ਤੋਂ ਪਾਲੀਆਂ ਤੋਂ ਰਾਹਗੀਰਾਂ ਤੋਂ ਸੋਚਦੀ ਹੈ ਜੇ ਕਿਤੇ ਮੈਂ ਬਰਬਰ ਹੋ ਕੇ ਤੁਰ ਪਈ ਕਿਸੇ ਨੇ ਦੇਖ ਲਏ ਤੇ ਪਛਾਣ ਲਏ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ ਉਹ ਯਾਰ ਕੱਲ੍ਹ ਵਿਆਹੇ ਸੀਗੇ ਅੱਜ ਖਹਿ ਖਹਿ ਕੇ ਤੁਰਦੇ ਨੇ ਇੰਨਾ ਸੰਗ ਸ਼ਰਮ ਦਾ ਜ਼ਮਾਨਾ ਸੀ ਅੱਜ ਕੱਲ੍ਹ ਵਾਂਗੂ ਥੋੜ੍ਹੀ ਹੈ ਵੀ ਵਿਆਹ ਤੋਂ ਫਿਰ ਨਹੀਂ ਜੇ ਕਿਸੇ ਨੂੰ ਪੁੱਛ ਲਈਏ ਵੀ ਭਾਈ ਸਾਹਿਬ ਇਹ ਕੀ ਹੋ ਰਿਹਾ ਅੱਗੋਂ ਜਵਾਬ ਹੁੰਦਾ ਐਡਵਾਂਸ ਹੋ ਗਏ ਹਾਂ ਬੜੇ ਐਡਵਾਂਸ ਹੋਏ ਨੇ ਲੋਕ ਗੌਰ ਨਾਲ ਸੁਣਨਾ ਹਾਕ ਮਾਰ ਕੇ ਮੁਟਿਆਰ ਘਰ ਵਾਲੇ ਨੂੰ ਆਦੀ ਅਜੇ ਭਰਿਆ ਲੋਕਾਂ ਐਂ ਤੁਰਿਆ ਜਾਂਦਾ ਜਿਵੇਂ ਇਕੱਲਾ ਹੀ ਹੁੰਦਾ ਮਾਪਿਆਂ ਨੇ ਮੈਂ ਵੀ ਤੇਰੇ ਲੜ ਲਾ ਕੇ ਤੋਰੀ ਹੋਈ ਹਾਂ ਆ ਖੱਬੇ ਸੱਜੇ ਅੱਗੇ ਪਿੱਛੇ ਦੇਖ ਲੈ ਮੈਂ ਤੇਰੇ ਮਗਰ ਤੁਰੀ ਆਉਂਦੀ ਹਾਂ ਸ਼ਿਖਰ ਦੁਪਹਿਰਾ ਸਿਰ 'ਤੇ ਆਇਆ ਹੋਇਆ ਕਾਂ ਅੱਖ ਨਿਕਲਦੀ ਹੈ ਮੁੜ ਕੇ ਨਾਲ ਮੇਰਾ ਬੁਰਾ ਹਾਲ ਹੈ ਥੱਕ ਕੇ ਮੈਂ ਚੂਰ ਹੋਈ ਪਈ ਹਾਂ ਥਾਕਾ ਮਾਰਦੀ ਦਾ ਤੇਰਾ ਗਲ ਸੁੱਕਿਆ ਪਿਆ ਦੇਖ ਤੂੰ ਤਾਂ ਨਿਸ਼ਾਂ ਕਿੰਨੀ ਸੰਘਣੀ ਹੈ ਆਜਾ ਬਹਿ ਜਾ ਨਾ ਦੁੱਖ ਦੀ ਆਰਾਮ ਕਰ ਲੈ ਦੋ ਪਿਆਰ ਦੀਆਂ ਗੱਲਾਂ ਕਰ ਲੈ ਕੁਝ ਕਹਿ ਲੈ ਕੁਝ ਸੁਣ ਲੈ ਕੁਝ ਸਮਝ ਲੈ ਕੁਝ ਸਮਝਾ ਲੈ ਜਦੋਂ ਮੈਂ ਸਹੁਰੇ ਘਰ ਪਹੁੰਚ ਗਈ ਉਦੋਂ ਤਾਂ ਕੰਮਾਂ ਕਾਰਾਂ 'ਚ ਵੇਹ ਵੀ ਨਹੀਂ ਮਿਲਣਾ ਗੱਲਬਾਤ ਦਾ ਟਾਈਮ ਹੀ ਨਹੀਂ ਲੱਗਣਾ ਨਾਲੇ ਸੱਸ ਨੇ ਚੌਂਕੇ 'ਚੋਂ ਥੱਲੇ ਪੈਰ ਲਾਉਣੇ ਨਹੀਂ ਦੇਣਾ ਜਿਹੜੀਆਂ ਦੋ ਪਿਆਰ ਦੀਆਂ ਗੱਲਾਂ ਕਰਦੀਆਂ ਨੇ ਇੱਥੇ ਕਰਦਾ ਗੱਭਰੂ ਕਹਿੰਦਾ ਨਹੀਂ ਨਹੀਂ ਇਹ ਪਿਆਰ ਵਿਆਰ ਦੀਆਂ ਗੱਲਾਂ ਰਸਤਿਆਂ 'ਚ ਨਹੀਂ ਕਰੀਦੀਆਂ ਥੱਲੇ ਜਾ ਕੇ ਡੰਝ ਲਾੜੀ ਜਿਹੜੀ ਲਾਉਣੀ ਹੈ ਗੌਰ ਨਾਲ ਸੁਣਨਾ ਉਹ ਕੀ ਕਹਿੰਦਾ ਉਹ ਕੀ ਕਹਿੰਦਾ ਹੈ
ਮਿਲਣਗੇ, ਤੂੰ ਤੇਰੀਆਂ ਮਿਲਣਗੇ, ਟਿੱਕਰਾਂ ਮਿਲਣਗੇ ਨੀ ਤੂੰ ਮੇਰੀਆਂ ਮਿਲਣਗੇ। ਤੇਰੀਆਂ ਮਿਲਣਗੇ ਟਿੱਕਰਾਂ ਮਿਲਣਗੇ ਤੂੰ ਤੇਰੀਆਂ ਮਿਲਣਗੇ, ਬਸ ਲੰਘਣੋਂ ਰਹਿ ਗਏ ਪਿੰਡਨੀ, ਲੰਘਣੋਂ ਰਹਿ ਗਏ ਪਿੰਡਨੀ, ਨੇੜੇ ਆ ਗਿਆ ਹਾਂਜਣੀ, ਆਓ ਤੇਰੇ ਸਹੁਰਿਆਂ ਦਾ ਪਿੰਡਨੀ, ਨੇੜੇ ਆ ਗਿਆ ਹਾਂਜਣੀ, ਆਓ ਤੇਰੇ ਸਹੁਰਿਆਂ ਦਾ। ਸਹੁਰੀ ਜਾ ਕੇ ਦੋ ਦੋ ਪਿੰਡਣੇ, ਤੇਰੇ ਸਹੁਰਿਆਂ ਦਾ ਪਿੰਡਨੀ, ਨੇੜੇ ਆ ਗਿਆ ਹਾਂਜਣੀ, ਆਓ ਤੇਰੇ ਸਹੁਰਿਆਂ ਦਾ ਪਿੰਡਨੀ, ਨੇੜੇ ਆ ਗਿਆ ਹਾਂਜਣੀ। ਡੰਡੀਆਂ ਦੇ ਦੂਰ ਦੀ ਚੱਲ ਡੰਡੀਆਂ ਦੇ ਡੰਡੀਆਂ
ਜਾਂਦੀਆਂ ਜਾਂਦੀਆਂ ਤੇ ਦੂਰ ਦੀ ਰਟਾ ਲੈਂਦੀ ਤੇ ਫਿਰ ਫਿਰ ਜਾਪ ਕੇ ਕਰੇ ਲੈਂਦੀ ਕਿਹੜੇ ਆ ਕੇ ਹਾਂ ਆਉਂਦੇ ਨੇ ਸੋਹਰੇ ਦਾ ਪਿੰਡੀ ਕਿਹੜੇ ਆ ਕੇ ਹਾਂਜਣੇ ਆਉਂਦੇ ਨੇ ਸੋਹਰੇ ਦਾ ਪਿੰਡੀ ਕਿਹੜੇ ਆ ਕੇ ਹਾਂਜਣੇ ਪਾਪੀਆਂ
ਗਦਾਰਾ ਵਗਦਾਰੀ ਕਿਹੜੇ ਨੂਰ ਮਹਿਲ ਦੀ ਗਦਾਰਾ ਵਗਦਾਰੀ ਕਿਹੜੇ ਨੂਰ ਮਹਿਲ ਦੀ ਗਦਾਰਾ ਵਗਦਾਰੀ ਕਿਹੜੇ ਨੂਰ ਮਹਿਲ ਦੀ ਥੋਰੀ ਮੇਰਾ 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 ਤੇਰਾ ਮੇਰਾ 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 ਤੇਰਾ ਮੇਰਾ 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 ਤੇਰਾ ਮੇਰਾ ਮੇਰਾ ਸਾਥ ਹੈ ਇਹਦਾ ਸਾਰੀ ਦੁਨੀਆ ਕਹਿੰਦੀ ਤੇਰਾ ਮੇਰਾ ਸਾਥ ਹੈ ਇਹਦਾ ਸਾਰੀ ਦੁਨੀਆ ਕਹਿੰਦੀ ਕਿਉਂ ਕਾਲੇ ਬੰਦਲ ਦੀ ਬੁੱਕਲ ਦੇ ਵਿੱਚ ਬਿਜਲੀ ਰਹਿੰਦੀ ਤੇਰਾ ਮੇਰਾ ਸਾਥ ਹੈ ਇਹਦਾ ਸਾਰੀ ਦੁਨੀਆ ਕਹਿੰਦੀ ਕਿਉਂ ਕਾਲੇ ਬੰਦਲ ਦੀ ਬੁੱਕਲ ਦੇ ਵਿੱਚ ਬਿਜਲੀ ਰਹਿੰਦੀ ਸਰਦਾਰ ਹਾਕਮ ਸਿੰਘ ਜੀ ਭੁੱਲਰ ਸਾਹਿਬ 100 ਰੁਪਇਆ ਉਹਨਾਂ ਵੱਲੋਂ ਸਰਦਾਰ ਜੋਗਿੰਦਰ ਸਿੰਘ ਜੀ ਗੋਬਿੰਦ ਬਾਡੀ ਬਿਲਡਰ ਪਧੌੜ ਮੁੰਡੇ ਦੇ ਮਾਮਾ ਮਾਮਾ ਜੀ ਸਰਦਾਰ ਗੁਰਦਰਸ਼ਨ ਸਿੰਘ ਜੀ ਗੌਸਲ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਗੌਸਲ ਮੁੰਡੇ ਦੇ ਮਾਮਾ ਜੀ ਹਰਗੋਬਿੰਦ ਬਸ ਮਿੰਨੀ ਬੱਸ ਸੈਣਾ ਨੰਬਰ 807 ਉਹਨਾਂ ਵੱਲੋਂ 100 ਰੁਪਇਆ ਆਇਆ ਹੈ ਸਰਦਾਰ ਹਰਪ੍ਰੀਤ ਸਿੰਘ ਜੀ ਬੱਸੀਆਂ 100 ਰੁਪਏ ਉਹਨਾਂ ਵੱਲੋਂ ਬਲ ਸਾਹਿਬ ਗੁਰਦਾਸਪੁਰ ਤੋਂ ਆਏ ਹੋਏ ਹੈ ਇੰਜੀਨੀਅਰ ਸਾਹਿਬ ਉਹਨਾਂ ਵੱਲੋਂ 100 ਰੁਪਇਆ ਸਾਡੇ ਕੋਰਾ ਸਾਹਿਬ ਬੱਸੀਆਂ USA ਵਾਲੇ ਸਰਦਾਰ ਹਰਬੰਸ ਸਿੰਘ ਸਵੈਣ ਸਾਹਿਬ ਉਹਨਾਂ ਵੱਲੋਂ 500 ਰੁਪਇਆ ਜਸਮੇਲ ਸਿੰਘ ਜੀ GR ਬੱਸ ਵਾਲੇ ਲਾਭ ਸਿੰਘ ਜੀ ਰਾਈਆਂ ਬੱਸ ਵਾਲੇ 100 ਰੁਪਇਆ ਉਹਨਾਂ ਵੱਲੋਂ ਜੋਗਿੰਦਰ ਸਿੰਘ ਜੀ ਫਿਰ ਬਾਡੀ ਬਿਲਡਰ ਪਧੌੜ ਉਹਨਾਂ ਵੱਲੋਂ 100 ਰੁਪਇਆ ਹਾਕਮ ਸਿੰਘ ਜੀ ਬਲਕਾਰ ਸਿੰਘ ਕੰਬਾਈਨ ਹੰਡਿਆਇਆ ਇਹਨਾਂ ਵੱਲੋਂ 100 ਰੁਪਇਆ ਆਇਆ ਧੰਨਵਾਦ ਇਨਾਮ ਦੇਣ ਦਾ ਅਤੇ ਹੁਣ ਫਿਰ ਮਾਈਕ 'ਤੇ ਹੀਰ ਦੀ ਕਲੀ ਪੰਜਾਬ ਦਾ ਫੋਕ ਲੈ ਕੇ ਹਾਜ਼ਰ ਨੇ ਜਨਾਬ ਮੁਹੰਮਦ ਸਦੀਕ ਜੀ
ਹੀਰ ਖੇੜਿਆਂ ਦੀ ਡੋਲੀ ਵਿੱਚ ਬੈਠ ਜਾਂਦੀ ਹੈ, ਰਾਂਝਾ ਦੂਰ ਕਿਸੇ ਦਰਖਤ ਦੇ ਥੱਲੇ ਇਕੱਲਾ ਹੀ ਖੜਾ ਹਟਕੋਰੇ ਪੜਦਾ, ਪੱਲਾ ਚੱਕ ਕੇ ਜਦ ਡੋਲੀ ਦੇ ਦੇਖਿਆ ਉਦਾਸ ਰਾਂਝੇ ਨੂੰ ਹੀਰ ਨੇ, ਨਾ ਰਿਹਾ ਗਿਆ ਹੀਰ ਕੋਲੋਂ, ਕੌਣ ਬੁਲਾ ਕੇ ਕੁਝ ਕਹਿੰਦੀ ਹੈ, ਜ਼ਰਾ ਗੌਰ ਨਾਲ ਸੁਣਨਾ ਇਹ। ਓ ਵੇਖ ਰੋਂਦਾ ਰਾਂਝੇ ਨੂੰ, ਨਿਕਲ ਗਈਆਂ ਹੀਰ ਸਿਆਲ ਦੀਆਂ ਬਾਖਾਂ, ਟੁਰ ਚਲਿਆ ਘਰਾਂ ਨੂੰ, ਜਾ ਦੂਰ ਤੋਂ ਸੱਪ ਲਵਾਰ ਕੇ ਹਾਕਾਂ, ਨਿਕਲ ਗਈਆਂ ਹੀਰ ਸਾਲ ਦੀਆਂ ਬਾਤਾਂ, ਤੁਰ ਚੜਿਆ ਕਰਾ ਲੂਗਾ ਦੂਰ ਤੋਂ ਸੱਦ ਲਿਆ ਮਾਰ ਕੇ ਹਾਕਾਂ, ਦੁਸ਼ਮਣ ਸੁਣ ਲੈਣਾ, ਦੁਸ਼ਮਣ ਸੁਣ ਲੈਣਾ ਮੇਰੀ ਗੱਲ, ਸੁਣ ਕਰੋ ਤੇ ਨੇੜੇ ਤੇਰੇ ਬਸ ਨਾਰਾਂਜਣਾ ਵੇ, ਲੋਕ ਨਾਲ ਬਣ ਗਿਰ ਜਾਂਦੇ ਹੈਣੇ, ਤੇਰੇ ਬਸ ਨਾਰਾਂਜਣਾ ਵੇ, ਲੋਕ ਨਾਲ ਬਣ ਗਿਰ ਜਾਂਦੇ ਹੈਣੇ। ਦਿਲਾਂ ਦਾ ਮੈਂ ਸੌਦਾ ਕਰ ਲਿਆ ਦਿਲਾਂ ਦਾ ਮੈਂ, ਵੇਖ ਦਿਲ ਤੇਰਾ ਦਿਲਾਂ ਦੇ ਸਾਕਾ, ਜਦੂ ਫੁੱਲ ਮਜ਼ਦੂਰੀ ਵੇ, ਜਦੂ ਫੁੱਲ ਮਜ਼ਦੂਰੀ ਵੇ, ਬਾਪ ਦੇ ਬਾਰਾਂ ਸਾਲ ਦੇ ਸਾਕਾ, ਸੌਦਾ ਕਰ ਲਿਆ ਦਿਲਾਂ ਦਾ ਮੈਂ, ਵੇਖ ਦਿਲ ਤੇਰਾ ਦਿਲਾਂ ਦੇ ਸਾਕਾ, ਜਦੂ ਫੁੱਲ ਮਜ਼ਦੂਰੀ ਵੇ, ਬਾਪ ਦੇ ਬਾਰਾਂ ਸਾਲ ਦੇ ਸਾਕਾ, ਉਤਰਨਾ ਮੁਸ਼ਕਿਲ ਵੇ, ਉਤਰਨਾ ਮੁਸ਼ਕਿਲ ਵੇ, ਆਣੀਆਂ ਚੜਕੇ ਇਸ਼ਕ ਦੇ ਬੇੜੇ, ਮੇਰੇ ਵਸ ਨਾਰਾਂਜਣਾ ਵੇ, ਜੋਰ ਨਾਲ ਬਣ ਗਿਰ ਜਾਂਦੇ, ਮੇਰੇ ਵਸ ਨਾਰਾਂਜਣਾ ਵੇ, ਜੋਰ ਨਾਲ ਬਣ ਗਿਰ ਜਾਂਦੇ ਹੈਣੇ। ਡਰਦਾ ਡਰਦਾ ਤੂੰ ਰਾਂਝਾ, ਡਰਦਾ ਡਰਦਾ ਤੂੰ, ਕਹਿਣਗੇ ਤਖਤ ਹਜ਼ਾਰੇ ਵਗ ਜਾ, ਸਦਾ ਮਿਲੂ ਅਸ਼ਰ ਨੂੰ ਦੇ, ਸਦਾ ਮਿਲੂ ਅਸ਼ਰ ਨੂੰ ਦੇ, ਕਮਲਿਆ ਦਾ ਇਸ਼ਕ ਨੂੰ ਲੱਗ ਗਿਆ, ਰਾਂਝਾ ਡਰਦਾ ਡਰਦਾ ਤੂੰ, ਕਹਿਣਗੇ ਤਖਤ ਹਜ਼ਾਰੇ ਵਗ ਗਿਆ, ਸਦਾ ਮਿਲੂ ਅਸ਼ਰ ਨੂੰ ਦੇ, ਕਮਲਿਆ ਦਾ ਇਸ਼ਕ ਨੂੰ ਲੱਗ ਗਿਆ, ਪਈਆਂ ਉਗੜ ਲਕੀਰਾਂ ਵੇ,
ਹਰ ਫੁੱਲ ਕਾਲੇ ਜਿਹੜੇ ਮੇਰੇ ਵਸ ਨਾਰਾਂਜਣਾ ਦੇ ਦੂਰ ਨਾਲ ਬੰਦ ਕਿਲ ਜਾਂਦੇ ਮੇਰੇ ਵਸ ਨਾਰਾਂਜਣਾ ਦੇ ਦੂਰ ਨਾਲ ਬੰਦ ਕਿਲ ਜਾਂਦੇ ਖੇੜੇ ਕਦੋਂ ਲੰਘਣੇ ਫੇਰ ਲੈਵੇ ਮੇਰੇ ਮਾਂ ਬਾਪ ਜਹਾਨੋ ਕਮਲੇ ਕੀ ਖੱਟੀਆਂ ਖੱਟਣੀਆਂ ਕੀ ਖੱਟੀਆਂ ਖੱਟਣੀਆਂ ਹੱਥਾਂ ਨਾਲ ਸਾਲ ਫੁੱਲਾਂ ਦੇ ਗਮਲੇ ਕਦੋਂ ਲੰਘਣੇ ਫੇਰ ਲੈਵੇ ਮੇਰੇ ਮਾਂ ਬਾਪ ਜਹਾਨੋ ਕਮਲੇ ਕੀ ਖੱਟੀਆਂ ਖੱਟਣੀਆਂ ਹੱਥਾਂ ਨਾਲ ਸਾਲ ਫੁੱਲਾਂ ਦੇ ਗਮਲੇ ਕੀ ਗੂੰਜ ਡਾਰ ਦੀਵੇ ਹੰਸ ਛੱਡ ਪਾਣ ਕਾਗਜ਼ ਈ ਕੂਜ ਡਾਰ ਦੀਵੇ ਹੰਸ ਛੱਡ ਆਣ ਕਾਗਜ਼ੇ ਮੇਰੇ ਵਸ ਨਾਰਾਂਜਣਾ ਵੇ ਦੂਰ ਨਾਲ ਬੰਨ ਕਿਲ ਜਾਂਦੇ ਪੈਣੇ ਮੇਰੇ ਵਸ ਨਾਰਾਂਜਣਾ ਵੇ ਦੂਰ ਨਾਲ ਬੰਨ ਕਿਲ ਜਾਂਦੇ ਪੈਣੇ ਬਾਲ ਨਾਟ ਦੇ ਕੋਲੇ ਭੋਗ ਮੇਲੇ ਸ਼ਤਾਬਦੀ ਦੇ ਭੋਗ ਮੇਲੇ ਸ਼ਤਾਬਦੀ ਦੇ ਨਾਥ ਨੂੰ ਮੰਡਲੀ ਬਜਾ ਕੇ ਮੋਲੇ ਜੰਗ ਵਿੱਚ ਰੱਖਿਆ ਕੀ ਪੌਜ ਦਾ ਬਾਲ ਨਾਥ ਦੇ ਕੋਲੇ ਭੋਗ ਮੇਲੇ ਸ਼ਤਾਬਦੀ ਦੇ ਨਾਥ ਨੂੰ ਮੰਡਲੀ ਬਜਾ ਕੇ ਮੋਲੇ ਪੱਕ ਬੁੰਦਰ ਦਰਸ਼ਨੀ ਮਾਰਨੇ ਰੰਗਪੁਰ ਖੇੜੀ ਮੇਰੇ ਵਸ ਨਾਰਾਂਜਣਾ ਵੇ ਦੂਰ ਨਾਲ ਬੰਦ ਕਿਲ ਜਾਂਦੇ ਖੇੜੇ ਮੇਰੇ ਵਸ ਨਾਰਾਂਜਣਾ ਵੇ ਦੂਰ ਨਾਲ ਬੰਦ ਕਿਲ ਜਾਂਦੇ ਖੇੜੇ ਕਰ ਦੇਵੇ
ਥਲ ਥਲ ਵਿੱਚ ਕਰ ਦੇਵੇ ਲਾਵੇ ਰੱਬ ਸੁੱਕਿਆਂ ਰੁੱਖਾਂ ਨੂੰ ਦੇਵੇ ਉਹਦੇ ਘਰ ਕੀ ਕਾਟਾਵੇ ਉਹਦੇ ਘਰ ਕੀ ਕਾਟਾਵੇ ਘੜੀ ਵਿੱਚ ਮੁਸ਼ਕਿਲ ਹੱਲ ਕਰ ਦੇਵੇ ਥਲ ਥਲ ਵਿੱਚ ਕਰ ਦੇਵੇ ਲਾਵੇ ਰੱਬ ਸੁੱਕਿਆਂ ਰੁੱਖਾਂ ਨੂੰ ਦੇਵੇ ਉਹਦੇ ਘਰ ਕੀ ਕਾਟਾਵੇ ਘੜੀ ਵਿੱਚ ਮੁਸ਼ਕਿਲ ਹੱਲ ਕਰ ਦੇਵੇ ਰੱਬ ਤੋਂ ਦੇ ਨਾ ਰੱਬ ਤੋਂ ਦੇ ਨਾ ਰਾਜ ਬਲੀ ਤਾਂ ਉਹ ਕੰਮ ਕਿਹੜੇ ਮੇਰੇ ਵਸ ਨਾ ਰਾਂਝਣਾ ਵੇ ਤੋਰ ਨਾਲ ਬੰਨ ਕਿਲ ਜਾਂਦੇ ਮੇਰੇ ਵਸ ਨਾ ਰਾਂਝਣਾ ਵੇ ਤੋਰ ਨਾਲ ਬੰਨ ਕਿਲ ਜਾਂਦੇ ਮੇਰੇ ਵਸ ਨਾ ਰਾਂਝਣਾ ਵੇ ਤੋਰ ਨਾਲ ਬੰਨ ਕਿਲ ਜਾਂਦੇ ਕਿਹੜੇ